आम आदमी पार्टी दे सुप्रीमो अते दिल्ली दे मुख मंत्री अरविंद केजरीवाल वल्लों अपने विधायकां नूं सौं चुकाए जाण ते पटियाला तो सांसद डॉक्टर धर्मवीर गांधी ने वड्डा हमला बोलिया है। डॉक्टर धर्मवीर गांधी का कहना है कि केजरीवाल हेठले पद्धर दी सियासत कर रहे ने। गौरतलब है कि दिल्ली एमसीडी चोणां हारन तो बाद अरविंद केजरीवाल ने पार्टी ना छड्डे जाण दी विधायकां नूं सौं चुकाई सी, जिस तों बाद विरोधियों वल्लों लगातार आम आदमी पार्टी ते हमले किए जा रहे ने। ਇਹ ਬਹੁਤ ਲੋ ਲੈਵਲ ਦੀ ਪੋਲੀਟਿਕਸ ਹੈ। ਸਿਆਸੀ ਜ਼ਿੰਦਗੀ 'ਚ ਲੋਕਾਂ ਦੀ ਜਿਹੜੀ ਇੱਕ ਸਹਿਮਤੀ ਹੈਗੀ ਹੈ, ਲੋਕਾਂ ਦਾ ਜੁੜਨਾ ਹੈਗਾ, ਉਹ ਸਿਆਸੀ ਪ੍ਰੋਗਰਾਮ ਦੇ ਅਧੀਨ ਹੁੰਦਾ ਹੈਗਾ। ਸਿਆਸੀ ਪ੍ਰੋਗਰਾਮ ਦੀ ਤਾਕਤ ਹੁੰਦੀ, ਸਟਰੈਂਥ ਹੁੰਦੀ ਹੈਗੀ। ਜਦੋਂ 13 'ਚ ਲੋਕ ਆਏ ਸੀ ਆਮ ਆਦਮੀ ਪਾਰਟੀ ਵੱਲ ਨੂੰ, ਤਾਂ ਇਸ ਕਰਕੇ ਨਹੀਂ ਸੀ ਆਏ ਕਿ ਉਹਨਾਂ ਕੋਈ ਰੱਬ ਨੇ ਆਖਿਆ ਜੀ, ਇਲਾਹੀ ਹੁਕਮ ਹੋਇਆ ਸੀਗਾ, ਜਾਂ ਕੇਜਰੀਵਾਲ ਨੇ ਰੱਬ ਦੀ। ਉਹ ਲੋਕ ਆਏ ਸੀ ਕਿ ਇਸ ਪਾਰਟੀ ਕੋਲ ਇੱਕ ਪ੍ਰੋਗਰਾਮ ਹੈ ਜਿਹੜਾ ਲੋਕਾਂ ਦੇ ਕਲਿਆਣ ਵਾਸਤੇ ਹੈ, ਜਿਹਦੇ ਮੁਲਕ ਦਾ ਕਲਿਆਣ ਕਰਨਾ। ਜਿਹੜੀਆਂ ਸਥਾਪਿਤ ਪਾਰਟੀਆਂ ਸੀ, ਇਹਨਾਂ ਦੀ ਜੋ ਜਕੜ ਸੀ ਉਹਨੂੰ ਖਤਮ ਕਰਕੇ ਇੱਕ ਲੋਕ ਪੱਖੀ ਸਿਆਸਤ ਦਾ ਇੱਕ ਨਵਾਂ ਸੂਰਜ ਉੱਗ ਰਿਹਾ ਹੈਗਾ ਹੈ, ਅਸੀਂ ਉਹਦੇ ਨਾਲ ਲੱਗਣਾ। ਲੋਕ ਇਸ ਕਰਕੇ ਆਏ ਸੀਗੇ, ਕਸਮ ਇਹ ਤਾਂ ਬਹੁਤ ਹੀ ਇੱਕ ਹਾਸੋਹੀਣ ਆ, ਅਤੇ ਇੱਕ ਬੜਾ ਹੀ ਘਟੀਆ ਤਰੀਕਾ ਹੈਗਾ ਕਿ ਲੋਕਾਂ ਨੂੰ ਰੱਬ ਦੀਆਂ ਕਸਮਾਂ ਦਵਾ ਕੇ ਉਹ ਲੋਕਾਂ ਨੂੰ ਕਹੋਗੇ ਕਿ ਤੁਸੀਂ ਪਾਰਟੀਆਂ ਧੋਖਾ ਨਹੀਂ ਕਰੋਗੇ। ਇਹ ਬਿਲਕੁਲ ਵਿਚਕਾਰ